ਹੈਲੋ ਸਟੂਡੈਂਟਸ ਅੱਜ ਆਪਾਂ ਡੀ ਤੇ ਐਫ ਬਲਾਕ ਦੇ ਜਿਹੜੇ ਐਲੀਮੈਂਟਸ ਨੇ ਉਹਦੇ ਨਾਲ ਜਿਹੜੇ ਰਿਲੇਟਡ ਇੰਪੋਰਟੈਂਟ ਕੁਐਸਚਨਸ ਨੇ ਯੂਨੀਮੈਕਸ ਜਿਹੜਾ ਗੈਸ ਪੇਪਰ ਆ ਉਹਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਦਿੱਤੇ ਹੋਏ ਨੇ ਔਰ ਜਿਹੜੇ ਕੁਐਸਚਨ ਪੇਪਰਾਂ ਦੇ ਵਿੱਚ ਕੋਈ ਜਿੰਨੇ ਵੀ ਕੁਐਸਚਨ ਪੇਪਰ ਨੂੰ ਚਾਹ ਰਿਪੀਟ ਹੋ ਰਹੇ ਨੇ ਉਹਨਾਂ ਨੂੰ ਮੈਂ ਸਰਕਲ ਲਗਾ ਰੱਖਿਆ ਹੋਇਆ ਔਰ ਇਹਦੇ ਵਿੱਚੋਂ ਤੁਹਾਨੂੰ 7 ਮਾਰਕਸ ਦਾ ਪੇਪਰ ਆਏਗਾ ਇੱਕ ਕੁਐਸਚਨ ਹੋਏਗਾ 2 ਮਾਰਕਸ ਦਾ ਔਰ ਇੱਕ ਹੋਏਗਾ 5 ਮਾਰਕਸ ਦਾ ਠੀਕ ਹੈ ਇਸ ਕਰਕੇ ਆ ਜਿਹੜਾ 5 ਮਾਰਕਸ ਦਾ ਕੁਐਸਚਨ ਹੋਏਗਾ ਨਾ ਉਹਦੇ ਵਿੱਚ ਇੰਟਰਨਲ ਚੁਆਇਸ ਹੋਏਗੀ ਔਰ ਬੇਟਾ ਇੱਕ ਹੋਰ ਗੱਲ ਧਿਆਨ ਰੱਖਣੀ ਆ ਜਿਹੜਾ 5 ਮਾਰਕਸ ਦਾ ਕੁਐਸਚਨ ਹੋਏਗਾ ਇਹ ਨਹੀਂ ਸੋchnਾ ਵੀ ਕਿਤੇ ਉਹ ਬਹੁਤ ਵੱਡਾ ਕੁਐਸਚਨ ਹੋਏਗਾ ਉਹਦੇ ਵਿੱਚ 2-2 ਮਾਰਕਸ ਦੇ ਦੋ ਕੁਐਸਚਨ ਔਰ ਇੱਕ 1 ਮਾਰਕ ਦਾ ਕੁਐਸਚਨ ਹੋ ਸਕਦਾ ਜਾਂ ਇੱਕ 3 ਮਾਰਕਸ ਦਾ ਔਰ ਇੱਕ 2 ਮਾਰਕਸ ਦਾ ਹੋ ਸਕਦਾ ਹੈ ਇਸ ਤਰ੍ਹਾਂ ਮਤਲਬ ਇਹ ਜ਼ਰੂਰੀ ਨਹੀਂ ਕੋਈ ਵੱਡਾ ਹੀ ਕੁਐਸਚਨ ਆਏਗਾ ਇਟ ਮੀਨਸ ਇਹ ਹੋ ਗਿਆ ਕਿ ਤੁਹਾਨੂੰ ਤੁਸੀਂ 2 ਮਾਰਕਸ ਦੇ ਕੁਐਸਚਨ ਸਾਰੇ ਦੇ ਸਾਰੇ ਚੰਗੀ ਤਰ੍ਹਾਂ ਕਰਨੇ ਨੇ ਉਹੀ 5 ਮਾਰਕਸ ਦੇ ਵਿੱਚ ਵੀ ਕਵਰ ਹੋਣਗੇ ਤੇ 5 ਮਾਰਕਸ ਦੇ ਵਿੱਚ 2 ਮਾਰਕਸ ਦੇ ਜਾਨਕਿ ਇਹ ਦੋਨੋਂ ਆਲਮੋਸਟ ਇੱਕੋ ਜਿਹਾ ਹੀ ਚੱਲੇਗਾ ਕੰਮ ਤੁਸੀਂ ਛੋਟੇ ਵੱਡੇ ਸਾਰੇ ਕੁਐਸਚਨ ਯਾਦ ਕਰਨੇ ਨੇ ਇਹਦੇ ਵਿੱਚ ਜਿਹੜੇ ਕੁਐਸਚਨ ਪੇਪਰਸ ਦੇ ਵਿੱਚ ਬਾਰ-ਬਾਰ ਰਿਪੀਟ ਹੋ ਰਹੇ ਨੇ ਕੁਐਸਚਨ ਉਹਨਾਂ ਨੂੰ ਮੈਂ ਸਰਕਲ ਵੀ ਲਗਾ ਰੱਖਿਆ ਹੋਇਆ ਤੇ ਉਹ ਮਤਲਬ ਜਿਆਦਾ ਇੰਪੋਰਟੈਂਟ ਨੇ ਜਿਹੜੇ ਬਾਰ-ਬਾਰ ਰਿਪੀਟ ਹੋ ਰਹੇ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲੈਣਾ ਔਰ ਇਹਦੀ ਪੀਡੀਐਫ ਮੈਂ ਟੈਲੀਗ੍ਰਾਮ ਦੇ ਉੱਤੇ ਵੀ ਪਾ ਦੂੰਗੀ ਉੱਥੋਂ ਤੁਸੀਂ ਜੇਕਰ ਪ੍ਰਿੰਟ ਕਢਵਾਉਣਾ ਪ੍ਰਿੰਟ ਕਢਵਾ ਲਿਓ ਚਾਹੇ ਜੇਕਰ ਤੁਸੀਂ ਐਜ਼ ਇਟ ਇਜ਼ ਇਦਾਂ ਹੀ ਦੇਖ ਕੇ ਯਾਦ ਕਰਨਾ ਜਾਂ ਆਪਣੀ ਬੁੱਕ ਦੇ ਉੱਤੇ ਇਹਨਾਂ ਕੁਐਸਚਨਸ ਨੂੰ ਦੇਖ ਕੇ ਟਿੱਕ ਲਗਾਉਣੀ ਆ ਤਾਂ ਟਿੱਕ ਲਗਾ ਲਓ ਚਾਹੇ ਜਿਸ ਤਰ੍ਹਾਂ ਮਰਜ਼ੀ ਯਾਦ ਕਰ ਲਓ ਇਸ ਤੋਂ ਬਾਅਦ ਮੈਂ ਐਕੂਰੇਟ ਦੇ ਨੇ ਜਿਹੜੇ ਅ ਇੰਪੋਰਟੈਂਟ ਕੁਐਸਚਨਸ ਦਿੱਤੇ ਆ ਬਲੌਕ ਦੇ ਉਹ ਵੀਡੀਓ ਮੈਥਡ ਨਾਲ ਸ਼ੇਅਰ ਕਰੂੰਗੀ ਤੇ ਨੈਕਸਟ ਫਿਰ ਇਹਨਾਂ ਦੋਨਾਂ ਦੇ ਵਿੱਚੋਂ ਟੈਸਟ ਪਾਉਂਗੀ ਉਹ ਟੈਸਟ ਤੁਸੀਂ ਜ਼ਰੂਰ ਕਰਨਾ ਫਿਰ ਇਸ ਨੂੰ ਤੁਸੀਂ ਅੱਜ ਯਾਦ ਕਰਨੇ ਆ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਜਿਹੜੇ ਵੀ ਕੁਐਸਚਨ ਇੰਪੋਰਟੈਂਟ ਜ਼ਿਆਦਾ ਕੀ ਨੇ ਜਿਵੇਂ ਜ਼ਿੰਕ ਕੈਡਮੀਅਮ ਮਰਕਰੀ ਆਰ ਨਾਟ ਰਿਗਾਰਡਡ ਐਸ ट्रांजिशन एलिमेंट्स ਇਹ ਕੁਐਸਚਨ ਬਾਰ-ਬਾਰ ਰਿਪੀਟ ਹੋ ਰਿਹਾ ਪੇਪਰ ਦੇ ਵਿੱਚ ਟਰਾਂਜੀਸ਼ਨ एलिमेंट्स ਨੇ ਜਿਹੜੀਆਂ ਉਹਨਾਂ ਦੀਆਂ ਐਟੋਮਾਈਜੇਸ਼ਨ ਜਿਹੜੀ ਆ ਐਂਥਲਪੀ ਉਹ ਜ਼ਿਆਦਾ ਹੁੰਦੀ ਹੈ ਕੀ ਜਾਂ ਕਲਰਡ ਕੰਪਾਊਂਡ ਕਿਉਂ ਜ਼ਿਆਦਾ ਬਣਾਉਂਦੇ ਨੇ ਕੈਟਾਲਿਟਿਕ ਪ੍ਰੋਪਰਟੀਆਂ ਹੁੰਦੀਆਂ ਨੇ ਉਹਨਾਂ ਦੀਆਂ ਤੇ ਹਾਈ ਮੈਲਟਿੰਗ ਤੇ ਬੋਇਲਿੰਗ ਪੁਆਇੰਟਸ ਨੇ ਇਹ ਕੁਐਸਚਨ ਨੇ ਜਿਹੜੇ ਬਹੁਤ ਵਾਰੀ ਬਾਰ-ਬਾਰ ਰਿਪੀਟ ਹੋ ਰਹੇ ਨੇ ਮੈਗਨੇਟਿਕ ਕੈਰੈਕਟਰ ਇਹਨਾਂ ਦਾ ਕੀ ਆ ਤੇ ਕਾਪਰ ਸਲਫੇਟ ਬਲੂ ਕਿਉਂ ਹੁੰਦਾ ਜ਼ਿੰਕ ਸਲਫੇਟ ਆ ਜਿਹੜਾ ਕਲਰਲੈਸ ਕਿਉਂ ਹੁੰਦਾ ਆ ਕਲਰਡ ਕੰਪਾਊਂਡਸ ਬਣਾਉਂਦੇ ਨੇ ਇਹ ਪਰ ਵਿੱਚ ਕੁਝ ਕਲਰਲੈਸ ਵੀ ਹੁੰਦੇ ਨੇ ਤੇ ਉਹ ਤੁਸੀਂ ਚੰਗੀ ਤਰ੍ਹਾਂ ਕੁਐਸਚਨ ਯਾਦ ਕਰਨੇ ਨੇ ਇਹ ਇੰਟਰਸਟਿਸ਼ੀਅਲ ਕੰਪਾਉਂਡਸ ਬਣਾਉਂਦੇ ਨੇ ਇਹ ਅ ਨੈਕਸਟ ਕਾਪਰ ਇਸ ਰਿਗਾਰਡਡ ਐਸ ट्रांजिशन ਮੈਟਲ ਦੋ ਇਟ ਹੈਜ਼ ਕੰਪਲੀਟਲੀ ਫਿਲਡ ਡੀ ਆਰਬਿਟਲ ਭਾਵੇਂ ਡੀ ਆਰਬਿਟਲ ਕੰਪਲੀਟਲੀ ਫਿਲਡ ਆ ਫੇਰ ਵੀ ਆਨ ट्रांजिशन 엘ਿਮੈਂਟਸ ਕਹਿੰਦੇ ਆ ਕਾਫੀ ਵਾਰੀ ਕੁਐਸਚਨ ਰਿਪੀਟ ਹੋ ਚੁੱਕਿਆ ਹੈ ਅ ਨੈਕਸਟ ਹੈਗਾ ਵਾਈ ਡੂ ਜ਼ਰਕੋਨੀਅਮ ਐਂਡ ਹਾਫਮੀਅਮ ਐਕਸੀਬਿਟ similar properties ਇਹ ਕੁਐਸਚਨ ਵੀ ਬਹੁਤ ਵਾਰੀ ਰਿਪੀਟ ਹੋ ਗਿਆ ਨੈਕਸਟ ਪੋਟਾਸ਼ੀਅਮ ਡਾਈक्रोਮੇਟ ਆ ਜਿਹੜਾ ਇਹਦੇ ਨਾਲ ਰਿਲੇਟਡ ਆ ਤੇ ਇਹਨਾਂ ਦੀਆਂ ਇਕੁਏਸ਼ਨਸ ਇਹਦੀ ਪ੍ਰੈਪਰੇਸ਼ਨ ਇਹਦੇ ਵੀ ਕੁਐਸਚਨ ਆਉਂਦੇ ਨੇ ਇਹਨਾਂ ਨੂੰ ਚੰਗੀ ਚਾ ਯਾਦ ਕਰ ਲੈਣੇ ਨੇ ਪ੍ਰੈਪਰੇਸ਼ਨ ਆਫ ਪੋਟਾਸ਼ੀਅਮ ਡਾਈक्रोਮੇਟ ਫਰੋਂ ਕ੍ਰੋਮਾਈਟ ਔਰ ਇਹ ਕੁਐਸਚਨ ਕਾਫੀ ਵਾਰੀ ਆ ਚੁੱਕਿਆ ਪੇਪਰ ਦੇ ਵਿੱਚ ਮਤਲਬ ਜਿੰਨੇ ਵੀ ਆਪਾਂ ਮਾਡਲ ਟੈਸਟ ਪੇਪਰ ਕਰਦੇ ਆ ਨਾ ਪੁਰਾਣੇ ਵੀ ਜਿਹੜੇ ਮੈਂ ਦੇਖਦੀ ਆ ਉਹਨਾਂ ਦੇ ਵਿੱਚੇ ਕਵੈਸਚਨ बार-बार रिपीट ਹੋ ਰਹੇ ਨੇ ਵਾਟ ਇਜ਼ ਦ ਐਕਸ਼ਨ ਆਫ ਹੀਟ ਔਨ ਕੇਐਮਐਨਓ4 ਨੈਕਸਟ ਇਹਦੇ ਵਿੱਚ ਹੈਗੇ ਲੈਂਥਨਾਈਡ ਐਕਟੀਨਾਈਡ ਬਟ ਇਹ ਵੈਰੀ ਇੰਪੋਰਟੈਂਟ ਇਹਦੇ ਵਿੱਚ ਤੁਸੀਂ ਇਹ ਇੱਕ ਪੰਜ ਨੰਬਰ ਦਾ ਕਵੈਸਚਨ ਤੁਹਾਨੂੰ ਆ ਸਕਦਾ ਇਕੱਲਾ ਹੀ ਕਿ ਲੈਂਥਨਾਈਡ ਤੇ ਐਕਟੀਨਾਈਡ ਦੇ ਵਿੱਚ ਡਿਫਰੈਂਸ ਤੁਸੀਂ 5 ਪੁਆਇੰਟਸ ਲਿਖਣੇ ਨੇ ਤਾਂ 5 ਮਾਰਕਸ ਦਾ ਹੋਏਗਾ ਠੀਕ ਹੈ ਲੈਂਥਨਾਈਡ ਕੰਟ੍ਰੈਕਸ਼ਨ ਦਾ ਕਾਰਨ ਕੀ ਆ ਇਹ ਵੀ ਬਹੁਤ ਇੰਪੋਰਟੈਂਟ ਆ ਨੈਕਸਟ ਇਨਰ ट्रांजिशन एलिमेंट्स ਕਿਹੜੇ ਹੁੰਦੇ ਨੇ ਇਹ ਵਾਲੇ ਕੁਐਸਚਨਸ ਨੇ ਜਿਹੜੇ ਇਹ बार-बार रिपीट ਹੋ ਰਹੇ ਨੇ ਇਹ ਕੁਐਸਚਨਸ ਨੂੰ ਤੁਸੀਂ ਪੀਡੀਐਫ ਮੈਂ ਪ੍ਰੋਵਾਈਡ ਕਰ ਦੂੰਗੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਆ ਔਰ ਨੈਕਸਟ ਮੈਂ ਐਕੂਰੇਟ ਦੇ ਵਿੱਚ ਜਿਹੜੇ ਐਕੂਰੇਟ ਜਿਹੜਾ ਗੈਸ ਪੇਪਰ ਆ ਤੁਹਾਡਾ ਮਾਡਲ ਟੈਸਟ ਪੇਪਰ ਉਹਦੇ ਵਿੱਚ ਜਿਹੜੇ ਵੀ ਡੀਟਐਫ ਬਲਾਗ ਦੇ ਇੰਪੋਰਟੈਂਟ ਕੁਐਸਚਨਸ ਨੇ ਉਹਦੀ ਵੀਡੀਓ ਅਪਲੋਡ ਕਰੂੰਗੀ ਉਦੋਂ ਤੱਕ ਤੁਸੀਂ ਇਹਨਾਂ ਨੂੰ ਯਾਦ ਕਰੋ